ਪੰਜਾਬ ਪੁਲਿਸ ਪਹਿਲਾਂ ਵੀ ਬਹੁਤ ਇਲੈਕਸ਼ਨ ਕਰਾ ਚੁੱਕੀ ਹੈ, ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੀ ਮੋਬਲਾਈਜੇਸ਼ਨ ਆਫ ਫੋਰਸ ਕਰ ਰਹੇ ਹੈਗੇ ਹਾਂ, ਕੁਛ ਬਾਹਰੋਂ ਵੀ ਫੋਰਸਿਸ ਆਉਣਗੀਆਂ ਉਹ ਬੰਦੇ, ਸੋ ਕੁਛ ਅਸੀਂ ਫੋਕਸ ਅਟੈਂਸ਼ਨ ਲਈ ਵੀ ਹੈਵ ਆਈਡੈਂਟੀਫਾਈਡ ਸਮ ਪੁਲਿਸ ਸਟੇਸ਼ਨਸ ਜਿੱਥੇ ਜ਼ਿਆਦਾ FIRs ਹੋਈਆਂ, ਜਿੱਥੇ ਜ਼ਿਆਦਾ ਬੰਦੇ ਫੜੇ ਗਏ, ਸੋ ਦੈਟ ਇਜ਼ ਇੰਡੀਕੇਟਿਵ ਕਿ ਉੱਥੇ ਜ਼ਿਆਦਾ ਮਤਲਬ ਸਕੋਪ ਹੈ, ਅਸੀਂ ਹੋਰ ਫੋਕਸਡ ਐਫਰਟ ਲੈ ਕੇ ਆਵਾਂਗੇ ਟੂ ਪਹਿਲਾਂ ਹੀ ਸਪਲਾਈ ਰਿਡਕਸ਼ਨ 'ਚ ਬਹੁਤ ਅਸਰ ਪਿਆ ਐਂਡ ਵੀ ਵਿਲ ਫਰਦਰ ਫੋਕਸ ਕਿ ਜਿਹੜੀ ਡਰੱਗਸ ਦੀ ਜੇ ਕੋਈ ਉਹ ਹੈ ਉਹਨੂੰ ਘਟਾਇਆ ਜਾਵੇ।